ਬਠਿੰਡਾ 'ਚ ਵਧੀ ਗਰਮੀ ਨੇ ਲੋਕਾਂ ਨੂੰ ਜਿੱਥੇ ਪਰੇਸ਼ਾਨ ਕੀਤਾ ਹੈ। ਬਠਿੰਡਾ ਦਾ ਪਾਰਾ ਹੈ 46 ਡਿਗਰੀ ਤੋਂ ਪਾਰ ਹੋ ਗਿਆ, ਤਾਂ ਕਰਕੇ ਹਸਪੀਟਲਾਂ ਦੇ ਵਿੱਚ ਬਿਮਾਰਾਂ ਦੀ ਗਿਣਤੀ ਵਧੀ ਹੈ। ਖਾਸ ਤੌਰ 'ਤੇ ਬੱਚੇ ਨੇ ਇਸ ਗਰਮੀ ਦੇ ਨਾਲ ਬਿਮਾਰ ਹੋ ਰਹੇ ਨੇ। ਬੱਚਿਆਂ ਦੇ ਮਾਹਰ ਡਾਕਟਰ ਡਾਕਟਰ ਰਵੀ ਕਾਂਤ ਆਪਣੇ ਨਾਲ ਨੇ, ਆਪਾਂ ਗੱਲਬਾਤ ਕਰਾਂ। ਡਾਕਟਰ ਸਾਹਿਬ, ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਬਚਾਅ ਕੀ ਹੈ ਗਰਮੀ ਤੋਂ? ਦੇਖੋ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਗਰਮੀ ਟੈਂਪਰੇਚਰ ਇੱਕ ਹਫ਼ਤੇ ਤੋਂ 47-48 ਡਿਗਰੀ ਟੈਂਪਰੇਚਰ ਚੱਲ ਰਹੇ ਹੈ। ਬਹੁਤ ਜ਼ਿਆਦਾ ਮਤਲਬ ਗਰਮੀ ਕਰਕੇ ਸਾਡੇ ਕੋਲ ਓਪੀਡੀ 'ਚ ਵੀ ਵਾਧਾ ਹੋਇਆ। ਅਸੀਂ ਬੱਚਿਆਂ ਦੇ ਮਾਪਿਆਂ ਨੂੰ ਇਹੀ ਬਚਾਅ ਕਹਿੰਦੇ ਹਾਂ ਕਿ ਗਰਮੀ ਦੇ ਵਿੱਚ ਘੱਟ ਤੋਂ ਘੱਟ ਨਾ ਨਿਕਲੇ ਆਵੇ, ਖਾਸ ਕਰਕੇ 12-1 ਵਜੇ ਦੁਪਹਿਰ ਦੇ ਵੇਲੇ ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ, ਸੂਰਜ ਸਿਰ 'ਤੇ ਹੁੰਦਾ, ਉਸ ਟਾਈਮ ਬੱਚਿਆਂ ਨੂੰ ਬਾਹਰ ਨਾ ਕੱਢਿਆ ਜਾਵੇ। ਜੇ ਜਾਣਾ ਵੀ ਪੈਂਦਾ ਐਮਰਜੈਂਸੀ ਦੇ ਵਿੱਚ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਸ਼ਾਮ ਨੂੰ ਜਦੋਂ ਸੂਰਜ ਢਲ ਜਾਂਦਾ ਸ਼ਾਮ ਦੇ ਟਾਈਮ ਜਾਂ ਸਵੇਰੇ ਅਰਲੀ ਮਾਰਨਿੰਗ ਹੀ ਬੱਚਿਆਂ ਨੂੰ ਘਰ 'ਚੋਂ ਕੱਢਿਆ ਜਾਵੇ। ਜੇ ਫਿਰ ਵੀ ਲੈ ਕੇ ਜਾਣਾ ਪੈਂਦਾ, ਸਿਰ 'ਤੇ ਗਿੱਲਾ ਰੁਮਾਲ ਜਾਂ ਗਿੱਲਾ ਕੱਪੜਾ ਤੌਲੀਆ ਵਗੈਰਾ ਸਿਰ 'ਤੇ ਲੈ ਕੇ ਬਾਹਰ ਜਾਇਆ ਜਾ ਸਕਦਾ। ਅੱਛਾ, ਓਪੀਡੀ 'ਚ ਇਜ਼ਾਫਾ ਕਿੰਨਾ ਹੋ ਗਿਆ ਪਹਿਲਾਂ ਦੇ ਮੁਕਾਬਲੇ? ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਅਸੀਂ ਕਰਦੇ ਰਹੇ ਹਾਂ, ਪਿਛਲੀ ਵਾਰ ਦੀ ਗਰਮੀ ਅਤੇ ਇਸ ਵਾਰ ਦੀ ਗਰਮੀ 'ਚ ਫਰਕ ਕਿੰਨਾ ਹੈ ਅਤੇ ਇਜ਼ਾਫਾ ਕਿੰਨਾ ਹੋ ਗਿਆ ਬਿਮਾਰਾਂ 'ਚ? ਦੇਖੋ, ਨੋਰਮਲ ਰੂਟੀਨ ਓਪੀਡੀ ਜੋ ਸਾਡੀ ਹੈ ਪਿਛਲੇ ਹਫ਼ਤੇ 10 ਦਿਨ ਨਾਲੋਂ ਉਹ 10 ਤੋਂ 15% ਵਧੀ ਹੈ। ਪਿਛਲੀ ਗਰਮੀ ਦੇ ਵਿੱਚ ਵੀ ਸਾਡੇ ਕੋਲ ਕੇਸਿਸ ਕਾਫੀ ਜ਼ਿਆਦਾ ਇਹਨਾਂ ਦਿਨਾਂ 'ਚ ਆਉਣੇ ਸ਼ੁਰੂ ਹੋ ਗਏ ਸੀ, ਕਿਉਂਕਿ ਹਰ ਵਾਰ ਆਪਾਂ ਨੂੰ ਇੱਦਾਂ ਲੱਗਦਾ ਵੀ ਇਸ ਵਾਰ ਗਰਮੀ ਅੱਡ ਤਰ੍ਹਾਂ ਦੀ ਪੈ ਰਹੀ ਹੈ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੋ ਸਾਡੇ ਇਨਕਰੀਜ਼ ਹੋਏ ਆ, ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਵੀ ਸਾਡੇ ਕੋਲ ਮਈ ਜੂਨ ਦੇ ਵਿੱਚ ਕੇਸਿਸ ਆਮ ਤੌਰ 'ਤੇ ਟੱਟੀਆਂ ਉਲਟੀਆਂ ਪੀਲੀਆਂ ਜੌਂਡਿਸ ਦੇ ਕੇਸ ਆ ਰਹੇ ਸੀ। ਇਹਨਾਂ ਦਿਨਾਂ ਦੇ ਵਿੱਚ ਵੀ ਉਹ ਸਾਰੇ ਕੇਸ ਆਉਣੇ ਸ਼ੁਰੂ ਹੋ ਗਏ ਨੇ। ਲੇਕਿਨ ਹੀਟ ਸਟੋਕ ਦਾ ਕੇਸ ਅਜੇ ਤੱਕ ਕੋਈ ਸਾਡੇ ਕੋਲ ਰਿਪੋਰਟ ਨਹੀਂ ਹੋਇਆ, ਲੇਕਿਨ ਉਮੀਦ ਹੈ ਵੀ ਕੋਈ ਜਿਵੇਂ ਗਰਮੀ ਵੱਧ ਰਹੀ ਹੈ, ਇੱਕੋ ਹੀ ਚਾਂਸ ਹੁੰਦਾ ਹੈ ਇੰਨੀ ਤੇਜ਼ ਟੈਂਪਰੇਚਰ ਦੇ ਵਿੱਚ ਕਿ ਕੋਈ ਹੀਟ ਸਟੋਕ ਦਾ ਕੇਸ ਆ ਸਕਦਾ। ਉਹਦੇ ਵਿੱਚ ਇਹ ਹੁੰਦਾ ਕਿ ਬੱਚੇ ਦੀ ਜਾਂ ਕਿਸੇ ਬਜ਼ੁਰਗ ਦੀ ਜਾਨ ਨੂੰ ਖਤਰਾ ਹੁੰਦਾ, ਤਾਂ ਇਮੀਡੀਏਟਲੀ ਸਾਨੂੰ ਉਹਦੇ 'ਚ ਅਸੀਂ ਬੱਚਿਆਂ ਦਾ ਵਾਰਡ ਹੀਟ ਵਾਸਤੇ ਹੀਟ ਸਟੋਕ ਨੂੰ ਮੈਨੇਜ ਕਰਨ ਵਾਸਤੇ ਉਹ ਕੋਲਡ ਰੂਮ ਅਸੀਂ ਅੱਡ ਬਣਾ ਰੱਖਿਆ, ਉਹਦੇ ਵਿੱਚ ਅਸੀਂ ਇੰਡੋਰ ਐਡਮਿਸ਼ਨ ਕਰਕੇ ਉਹਨੂੰ ਮੈਨੇਜ ਕਰ ਸਕਦੇ ਹਾਂ। ਕਿਸ ਏਜ ਦੇ ਬੱਚੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ? ਜਿਹੜੇ ਬੋਰਨ ਬੇਬੀ ਨੇ ਉਹ ਛੋਟੇ ਨੇ ਜਾਂ ਵੱਡੇ ਬੱਚੇ ਪ੍ਰਭਾਵਿਤ ਹੋ ਰਹੇ ਨੇ, ਔਰ ਕਿਸ ਤਰ੍ਹਾਂ ਦੀ ਬਿਮਾਰੀ ਡਾਕਟਰ ਜ਼ਿਆਦਾ ਆ ਰਹੀ ਹੈ? ਦੇਖੋ, ਜ਼ਿਆਦਾ ਪਿਛਲੇ ਵੈਸੇ ਤਾਂ 2 ਤੋਂ ਲੈ ਕੇ 4-5 ਸਾਲ ਦੇ ਬੱਚੇ ਜ਼ਿਆਦਾ ਪ੍ਰਭਾਵਿਤ ਹੁੰਦੇ, ਕਿਉਂਕਿ ਬੱਚਿਆਂ ਦੇ ਛੋਟੇ ਬੱਚਿਆਂ ਦੇ 2 ਤੋਂ 5 ਸਾਲ ਦੇ ਬੱਚਿਆਂ ਦਾ ਇਮਿਊਨਿਟੀ ਸਿਸਟਮ ਇਮਿਊਨਿਟੀ ਲੋਅ ਹੁੰਦੀ ਹੈ, ਬੱਚਿਆਂ ਦੀ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਅਡਲਟ ਪਰਸਨ। ਉਹਨਾਂ ਦੇ ਵਿੱਚ ਜ਼ਿਆਦਾ ਟੱਟੀਆਂ ਉਲਟੀਆਂ ਦੇ ਕੇਸ, ਡੀਹਾਈਡਰੇਸ਼ਨ, ਬੱਚਿਆਂ ਦੀ ਪਾਣੀ ਦੀ ਕਮੀ ਦਾ ਹੋਣਾ, ਹੈ ਨਾ, ਵਾਇਰਲ ਇਨਫੈਕਸ਼ਨ, ਵਾਇਰਲ ਫੀਵਰ ਦੇ ਕੇਸਿਸ, ਹਾਈ ਗ੍ਰੇਡ ਫੀਵਰ ਦੇ ਕੇਸਿਸ ਆ ਰਹੇ ਨੇ, ਗਲਾ ਖਰਾਬ ਜੁਕਾਮ ਦੇ ਕੇਸਿਸ ਆ ਰਹੇ ਨੇ, ਸਾਡੇ ਕੋਲ ਸਕਿਨ ਇਨਫੈਕਸ਼ਨ, ਫੰਗਲ ਇਨਫੈਕਸ਼ਨ ਦੇ ਕੇਸਿਸ ਆ ਰਹੇ ਨੇ, ਚਮੜੀ ਦੀ ਬਿਮਾਰੀਆਂ ਦੇ ਕੇਸਿਸ, ਹੈ ਨਾ, ਤਾਂ ਮਿਕਸ ਜੇ ਕੇਸਿਸ ਸਾਰੇ ਕੋਲ ਆ ਰਹੇ ਨੇ ਪਿਛਲੇ ਹਫ਼ਤੇ 10 ਦਿਨ ਤੋਂ। ਨੋ ਡਾਊਟ ਕਿ ਸਾਡੇ ਕੋਲ ਇੱਕ ਓਪੀਡੀ ਦੇ ਵਿੱਚ ਵਾਧਾ ਹੋਣ ਕਰਕੇ ਮਤਲਬ ਇਹ ਬੜਾ ਹੀ ਮਤਲਬ ਉਹ ਲੱਗਦਾ ਕਿ ਸਡਨਲੀ ਇੱਕਦਮ ਵਾਧਾ ਹੋਇਆ, ਕਿ ਇੱਕਦਮ ਗਰਮੀ ਦੇ ਵਿੱਚ ਜਿੰਨੇ ਵੀ ਪੇਰੈਂਟਸ ਅਸੀਂ ਉਹਨਾਂ ਨੂੰ ਵਾਰ ਵਾਰ ਇਹੀ ਕਹਿੰਦੇ ਹਾਂ ਕਿ ਗਰਮੀ ਦੇ ਵਿੱਚੋਂ ਬੱਚਿਆਂ ਨੂੰ ਨਾ ਕੱਢੋ, ਇਹ ਸਾਰੀਆਂ ਗਰਮੀ ਕਰਕੇ ਹੀ ਬਿਮਾਰੀਆਂ ਹੋ ਰਹੀਆਂ ਨੇ ਬੱਚਿਆਂ ਦੇ ਨਾਲ। ਬਜ਼ੁਰਗਾਂ ਦੇ ਕਹਿੰਦੇ ਗਰਮੀ ਕਾਫੀ ਅਸਰ ਦਿਖਾ ਰਹੀ ਹੈ, ਬਜ਼ੁਰਗ ਕਿੰਨੇ ਪ੍ਰਭਾਵਿਤ ਹੋ ਰਹੇ ਨੇ ਇਸ ਤੌਰ 'ਤੇ, ਔਰ ਬਚਾਅ ਕੀ ਹੈ ਖਾਸ ਤੌਰ 'ਤੇ ਬਜ਼ੁਰਗਾਂ ਵਾਸਤੇ? 65 ਤੋਂ 70 ਸਾਲ ਦੇ ਬਜ਼ੁਰਗ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਜੀ, ਕਿਉਂਕਿ ਆਮ ਤੌਰ 'ਤੇ ਬਜ਼ੁਰਗਾਂ ਦੀ ਇਮਿਊਨਿਟੀ ਦੇਖਿਆ ਜਾਂਦਾ ਕਿ ਅਡਲਟਸ ਪਰਸਨ ਨਾਲੋਂ, ਜਵਾਨ ਬੰਦਿਆਂ ਨਾਲੋਂ ਘੱਟ ਹੁੰਦੀ ਹੈ, 5 ਸਾਲ ਤੋਂ ਛੋਟੇ ਬੱਚਿਆਂ ਦੀ ਅਤੇ 65 ਸਾਲ ਤੋਂ ਵੱਡੇ ਬੰਦਿਆਂ ਦੀ ਇਮਿਊਨਿਟੀ ਐਜ਼ ਕੰਪੇਅਰ ਟੂ 18-19-20-22 ਸਾਲ ਦੇ ਅਡਲਟ ਪਰਸਨ ਨਾਲੋਂ ਘੱਟ ਹੁੰਦੀ ਹੈ। ਉਹਨਾਂ ਨੂੰ ਗਰਮੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਉਹਨਾਂ ਦੇ ਵਿੱਚ ਕੰਪਲੀਕੇਸ਼ਨਸ ਜਿਵੇਂ ਹੀਟ ਸਟ੍ਰੋਕ ਹੈ, ਗੈਸਟਰੋਐਂਟਰਾਈਟਿਸ ਹੈ, ਟੱਟੀਆਂ ਉਲਟੀਆਂ, ਕੋਈ ਸ਼ੌਕ ਦੇ ਕੇਸਿਸ ਜ਼ਿਆਦਾ ਹੋ ਸਕਦੇ, ਰਿਪੋਰਟ ਹੋ ਸਕਦੇ ਨੇ ਐਜ਼ ਕੰਪੇਅਰ ਟੂ ਅਡਲਟ ਪਰਸਨ, ਕਿਉਂਕਿ ਗਰਮੀ ਸਹਿਣ ਕਰਨ ਦੀ ਜੋ ਸਹਿਣਸ਼ੀਲਤਾ ਇਹਨਾਂ ਦੇ ਵਿੱਚ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਅਡਲਟ ਪਰਸਨ। ਸੋ ਅਸੀਂ ਇਹਨਾਂ ਨੂੰ ਇਹੀ ਸੁਝਾਅ ਕਰਦੇ ਹਾਂ ਕਿ ਗਰਮੀ ਦੇ ਵਿੱਚ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਜੋ 12 ਵਜੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਘੱਟ ਤੋਂ ਘੱਟ ਬਾਹਰ ਨਿਕਲਿਆ ਜਾਵੇ। ਜੇ ਐਮਰਜੈਂਸੀ 'ਚ ਨਿਕਲਣਾ ਵੀ ਤਾਂ 4-ਵੀਲਰ ਏਸੀ ਕਾਰ ਦੇ ਵਿੱਚ ਜਾਂ ਏਸੀ ਵਹੀਕਲ ਦੇ ਵਿੱਚ ਹੀ ਜਾਇਆ ਜਾਵੇ। ਔਰ ਤਰਲ ਪਦਾਰਥਾਂ ਦਾ ਇਸਤੇਮਾਲ, ਪਾਣੀ ਵਗੈਰਾ ਜਿਵੇਂ ਨਿੰਬੂ ਪਾਣੀ ਹੈ, ਸ਼ਿਕੰਜਮੀ ਹੈ, ਨਾਰੀਅਲ ਪਾਣੀ ਹੈ, ਇਹਨਾਂ ਦਾ ਇਸਤੇਮਾਲ ਵਧਾ ਦੇਣਾ ਚਾਹੀਦਾ।
ਬਿਲਕੁਲ, ਡਾਕਟਰ ਰਵੀਕਾਂਤ ਨੇ ਦੱਸ ਰਹੇ ਨੇ ਕਿ ਬੱਚੇ ਕਿੰਨੇ ਪ੍ਰਭਾਵਿਤ ਹੋ ਰਹੇ ਨੇ ਗਰਮੀ ਦੇ ਨਾਲ, ਖਾਸ ਤੌਰ 'ਤੇ ਬੱਚਿਆਂ ਦੇ ਨਾਲ ਨਾਲ ਬਜ਼ੁਰਗ ਨੇ, ਉਹਨਾਂ ਦੀ ਓਪੀਡੀ 'ਚ ਇਜ਼ਾਫਾ ਹੋਇਆ, ਔਰ ਕਹਿ ਰਹੇ ਨੇ ਕਿ ਬਿਨਾਂ ਕਿਸੇ ਕੰਮ ਕਾਜ ਤੋਂ ਘਰ ਤੋਂ ਬਾਹਰ ਨਾ ਨਿਕਲੋ ਔਰ ਜ਼ਿਆਦਾ ਤੋਂ ਜ਼ਿਆਦਾ ਲਿਕੁਇਡ ਡਾਈਟ ਹੈ ਉਸਦਾ ਇਸਤੇਮਾਲ ਕਰਨਾ ਜ਼ਰੂਰੀ ਹੈ, ਡਾਕਟਰ ਰਾਏ ਦੇ ਰਹੇ ਨੇ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।